ਟਿਕਟ ਲੈ ਕੇ ਜਦੋਂ ਬਿਕਰਮ ਬੱਸ ਵਿੱਚ ਚੜ੍ਹਿਆ ਤਾਂ ਬੱਸ ਪਹਿਲਾਂ ਹੀ ਭਰ ਚੁੱਕੀ ਸੀ। ਉਹ ਹੈਰਾਨ ਸੀ ਕਿ ਬੱਸ ਦੀ ਟਿਕਟ ਤਾਂ ਦਿੱਤੀ ਗਈ ਹੈ ਪਰ ਸੀਟ ਨਹੀਂ ਹੈ। ਉਹ ਕੰਡਕਟਰ ਵੱਲ ਪ੍ਰਸ਼ਨ ਪੁੱਛਦੀਆਂ ਅੱਖਾਂ ਨਾਲ ਝਾਕਿਆ। ਸਟੈਂਡਿੰਗ? ਕੰਡਕਟਰ ਨੇ ਜਿਵੇਂ ਉਹਦੀ ਗੱਲ ਸਮਝਦਿਆਂ ਆਖਿਆ। ਉਹ ਛੱਤ ਵਿਚਲੇ ਡੰਡੇ ਨੂੰ ਫੜ ਕੇ ਖੜੋ ਗਿਆ। ਮਗਰੋਂ ਹੋਰ ਲੋਕ ਵੀ ਆ ਸੀਟਾਂ ਵਿਚਕਾਰਲੀ ਥਾਂ ਵਿੱਚ ਖੜਦੇ ਗਏ। ਬੱਸ ਇੱਕ ਹਜੋਕੇ ਨਾਲ ਤੁਰ ਪਈ। ਬਾਹਰ ਨਿੱਘਾ ਨਿੱਘਾ ਦਿਨ ਚੜ੍ਹ ਰਿਹਾ ਸੀ। ਉਹਦੇ ਕੋਲ ਵਾਲੀ ਸੀਟ ਉੱਪਰ ਇੱਕ ਔਰਤ ਆਪਣੇ ਦੋ ਬੱਚਿਆਂ ਨਾਲ ਬੈਠੀ ਸੀ। ਬੱਚਿਆਂ ਦੀਆਂ ਵੀ ਉਹਨੇ ਸ਼ਾਇਦ ਪੂਰੀਆਂ ਸੀਟਾਂ ਲਈਆਂ ਸਨ ਜਿਸ ਕਰਕੇ ਸਿਰਫ ਉਹੀ ਇਸ ਬੱਸ ਵਿੱਚ ਆਰਾਮ ਨਾਲ ਬੈਠੇ ਸਨ। ਇੱਕ ਅੱਧੀ ਵਾਰੀ ਉਹ ਔਰਤ ਬਿਕਰਮ ਵੱਲ ਝਾਕੀ ਵੀ। ਅੱਧੇ ਕੁ ਘੰਟੇ ਮਗਰੋਂ ਉਹਨੇ ਇੱਕ ਬੱਚੇ ਨੂੰ ਆਪਣੀ ਗੋਦੀ 'ਚ ਬਿਠਾ ਲਿਆ ਅਤੇ ਬਿਕਰਮ ਨੂੰ ਹੱਥ ਦੇ ਇਸ਼ਾਰੇ ਨਾਲ ਬੈਠਣ ਨੂੰ ਆਖਿਆ। ਥੈਂਕਸ ਆਖ ਕੇ ਬਿਕਰਮ ਉਹਨਾਂ ਦੇ ਨਾਲ ਬੈਠ ਗਿਆ। ਲਵਲੀ ਡੇ। ਕੁਝ ਚਿਰ ਮਗਰੋਂ ਉਹਨੇ ਉਸ ਔਰਤ ਨੂੰ ਜਿਵੇਂ ਸੰਬੋਧਨ ਕਰਕੇ ਆਖਿਆ। ਉਹ ਔਰਤ ਬਾਰੀ ਤੋਂ ਬਾਹਰ ਝਾਕੀ। ਸੂਰਜ ਚੜ੍ਹ ਰਿਹਾ ਸੀ। ਸਾਰੀ ਕਾਇਨਾਤ ਜਾਗ ਰਹੀ ਸੀ। ਖੇਤ, ਰੁੱਖ, ਧਰਤੀ, ਅਸਮਾਨ ਕਿੱਡੇ ਸੋਹਣੇ ਸਨ। ਉਹਨੂੰ ਕਦੀ ਖਿਆਲ ਹੀ ਨਹੀਂ ਸੀ ਆਇਆ। ਬਾਹਰੋਂ ਆਏ ਹੋ? ਕਿਹੜੇ ਕੰਟਰੀ ਤੋਂ? ਔਰਤ ਨੇ ਪੁੱਛਿਆ। ਇੰਗਲੈਂਡ ਤੋਂ। ਬਟ ਮਾਈ ਕੰਟਰੀ ਇਜ਼ ਇੰਡੀਆ। ਮਾਈ ਫਾਦਰ ਇਜ਼ ਐਨ ਇੰਡੀਅਨ। ਪਟਿਆਲੇ ਜਾ ਰਹੇ ਹੋ? ਉੱਥੇ ਤੁਹਾਡੇ ਕੌਣ ਨੇ? ਗ੍ਰੈਂਡ ਪੇਰੈਂਟਸ ਨੇ। ਕਿਸ ਪਾਸੇ ਹੈ ਕੋਠੀ ਤੁਹਾਡੀ? ਡੋਂਟ ਨੋ। ਤਾਰ ਨਹੀਂ ਸੀ ਪਾਈ? ਕੋਈ ਲੈਣ ਕਿਉਂ ਨਹੀਂ ਆਇਆ? ਐਡਰੈਸ ਨਹੀਂ। ਕਮਾਲ ਹੈ, ਤੁਹਾਡੇ ਕੋਲ ਆਪਣੇ ਘਰ ਦਾ, ਆਪਣੇ ਗ੍ਰੈਂਡ ਪੇਰੈਂਟਸ ਦਾ ਐਡਰੈਸ ਨਹੀਂ? ਫਿਰ ਲੱਭੂਗੀ ਕਿਸ ਤਰ੍ਹਾਂ ਉਹਨਾਂ ਨੂੰ? ਉਸ ਔਰਤ ਨੇ ਜ਼ਰਾ ਰੁੱਕ ਕੇ ਪੁੱਛਿਆ। ਡੋਂਟ ਨੋ। ਬਿਕਰਮ ਨੇ ਜਦੋਂ ਆਖਿਆ ਉਹ ਆਪ ਵੀ ਜਿਵੇਂ ਪਰੇਸ਼ਾਨ ਜਿਹਾ ਹੋ ਗਿਆ। ਨਾ ਕੀ ਹੈ ਤੁਹਾਡੇ ਗ੍ਰੈਂਡ ਫਾਦਰ ਦਾ? ਸੰਪੂਰਨ ਸਿੰਘ ਸਿੱਧੂ। ਕੀ ਕਰਦੇ ਹਨ ਉਹ? ਕੁਛ ਨਹੀਂ, ਹੀ ਇਜ਼ ਅ ਲੈਂਡਲੋਰਡ। ਮੇਰੇ ਪੇਰੈਂਟਸ ਵੀ ਪਟਿਆਲੇ ਰਹਿੰਦੇ ਨੇ, ਮੈਂ ਉਹਨਾਂ ਪਾਸੇ ਜਾ ਰਹੀ ਹਾਂ। ਮੈਂ ਆਪਣੇ ਬ੍ਰਦਰ ਨੂੰ ਆਖ ਦਿਆਂਗੀ, ਉਹ ਤੁਹਾਡੇ ਨਾਲ ਜਾ ਕੇ ਪਟਿਆਲੇ ਦੀਆਂ ਇੰਪੋਰਟੈਂਟ ਸਿੱਧੂ ਫੈਮਿਲੀਜ਼ ਤੋਂ ਪਤਾ ਕਰਾਏਗਾ। ਥੈਂਕਸ ਵੈਰੀ ਮੱਚ। ਮੇਰੇ ਕੋਲ ਇੱਕ ਕੈਮਰਾ ਹੈ, ਤੁਹਾਡੇ ਬ੍ਰਦਰ ਨੂੰ ਮੈਂ ਉਹ ਦੇ ਦਿਆਂਗਾ। ਬਿਕਰਮ ਨੇ ਜਦੋਂ ਆਖਿਆ ਔਰਤ ਜ਼ਰਾ ਕੁ ਹਰਖ ਕੇ ਬੋਲੀ। ਇੱਥੇ ਹਿੰਦੁਸਤਾਨ 'ਚ ਹਰ ਕੰਮ ਨਗਦ, ਆਈ ਮੀਨ ਕੈਸ਼ 'ਤੇ ਨਹੀਂ ਹੁੰਦਾ। ਬਹੁਤ ਸਾਰਾ ਲੈਣ ਦੇਣ ਜ਼ਿੰਦਗੀ ਵਿੱਚ ਅਤੇ ਜ਼ਿੰਦਗੀ ਤੋਂ ਪਾਰ ਵੀ ਤੁਰਦਾ ਰਹਿੰਦਾ। ਸੋਰੀ, ਮੈਂ ਸਮਝਿਆ ਨਹੀਂ। ਅਸੀਂ ਤਾਂ ਉਧਾਰ ਅਗਲੇ ਜਨਮ ਤੱਕ ਦਾ ਕਰ ਲੈਂਦੇ ਹਾਂ। ਉਹ ਹੱਸ ਕੇ ਆਖਣ ਲੱਗੀ। ਕਿਸ ਤਰ੍ਹਾਂ? ਤੁਹਾਡਾ ਹਿੰਦੁਸਤਾਨ ਆਉਣਾ, ਮੇਰਾ ਬੱਸ ਵਿੱਚ ਮਿਲਣਾ ਮਹਿਜ਼ ਇੱਕ ਇਤਫਾਕ ਨਹੀਂ। ਇਤਫਾਕ ਲੱਗਦਾ ਜ਼ਰੂਰ ਹੈ। ਮੇਰਾ ਮਤਲਬ ਹੈ, ਅਗਰ ਮੈਂ ਤੁਹਾਡੇ ਲਈ ਕੁਝ ਕਰ ਰਹੀ ਹੋਵਾਂਗੀ ਉਹਦੇ ਬਦਲੇ, ਜਾਂ ਪਿਛਲੇ ਜਨਮ ਵਿੱਚ ਮੇਰਾ ਕਦੇ ਕੁਝ ਤੁਸੀਂ ਕੀਤਾ ਹੋਏਗਾ ਜਾਂ ਅਗਲੇ ਜਨਮ ਵਿੱਚ ਕਰੋਗੇ, ਇਸ ਜਨਮ 'ਚ ਕਿਉਂ ਨਹੀਂ? ਇੱਕੋ ਜਨਮ ਵਿੱਚ ਸਾਰੇ ਹਿਸਾਬ ਕਿਤਾਬ ਪੂਰੇ ਕਰਨ ਦਾ ਵਕਤ ਕਿੱਥੇ ਹੁੰਦਾ? ਇੱਥੇ ਸਾਰੇ ਲੋਕ ਹੀ ਇਉਂ ਸੋਚਦੇ ਨੇ, ਅਤੇ ਇਉਂ ਕਿਸ ਲਈ ਸੋਚਦੇ ਨੇ? ਤਾਂ ਜੋ ਕਰਮਾਂ ਵਿੱਚ, ਜਨਮਾਂ ਵਿੱਚ ਅਤੇ ਕਰਮਾਂ ਜਨਮਾਂ ਤੋਂ ਪਾਰ ਰੱਬ ਵਿੱਚ ਯਕੀਨ ਬਣਿਆ ਰਹੇ। ਜਿਉਣ ਲਈ ਰੱਬ ਦੀ ਭਲਾ ਕੀ ਲੋੜ ਹੈ? ਉੱਧਰ ਵੈਸਟ ਵਿੱਚ ਲੋਕ ਇਉਂ ਨਹੀਂ ਸੋਚਦੇ, ਬਿਕਰਮ ਨੇ ਦੱਸਿਆ। ਅਸਲ ਵਿੱਚ ਉਹਨਾਂ ਕੋਲ ਸੋਚਣ ਦਾ ਵਕਤ ਹੀ ਨਹੀਂ ਹੈ। ਵਕਤ ਤਾਂ ਹੈ ਪਰ ਉਹ ਸੋਚਦੇ ਨਹੀਂ। ਗੋਡ ਉਹਨਾਂ ਲਈ ਇਰੈਲੀਵੈਂਟ ਹੈ। ਗੋਡ ਨਹੀਂ, ਉਹਨਾਂ ਦਾ ਆਪਣਾ ਆਪ ਉਹਨਾਂ ਲਈ ਇਰੈਲੀਵੈਂਟ ਹੈ। ਮੈਂ ਸਮਝਿਆ ਨਹੀਂ। ਉਹਨਾਂ ਦੀ ਹਰ ਕੋਸ਼ਿਸ਼ ਸਵੈ ਨੂੰ ਲੱਭਣ ਦੀ ਥਾਂ ਸਵੈ ਨੂੰ ਭੁੱਲਣ ਦੀ ਹੁੰਦੀ ਹੈ। ਉਸ ਔਰਤ ਦੀਆਂ ਗੱਲਾਂ ਸੁਣ ਕੇ ਬਿਕਰਮ ਹੈਰਾਨ ਹੋ ਕੇ ਉਸ ਵੱਲ ਝਾਕਿਆ। ਬੜੀ ਸਧਾਰਨ ਕਿਸਮ ਵਾਲੀ ਔਰਤ ਫਿਲੋਸਫੀ ਦੀਆਂ ਗੱਲਾਂ ਕਰ ਰਹੀ ਸੀ। ਤੁਸੀਂ ਕੀ ਕੰਮ ਕਰਦੇ ਹੋ? ਬਿਕਰਮ ਨੇ ਪੁੱਛਿਆ। ਗੁਜ਼ਾਰੇ ਜੋਗਾ ਮੇਰੇ ਹਸਬੈਂਡ ਕਮਾ ਲੈਂਦੇ ਨੇ, ਮੈਂ ਸਿਰਫ ਘਰ ਸੰਭਾਲਦੀ ਹਾਂ ਅਤੇ ਬੱਚੇ ਪਾਲਦੀ ਹਾਂ। ਇਹ ਕੰਮ ਬੋਰਿੰਗ ਨਹੀਂ? ਬੱਚੇ, ਬੂਟੇ ਅਤੇ ਆਈਡੀਆਜ਼ ਦੇ ਗਰੋ ਕਰਨ ਵਿੱਚ ਹੱਥ ਵਟਾਉਣਾ ਦਫ਼ਤਰਾਂ, ਫਾਈਲਾਂ, ਫੈਕਟਰੀਆਂ ਦੇ ਕੰਮਾਂ ਨਾਲੋਂ ਕਿਤੇ ਕ੍ਰੀਏਟਿਵ ਕੰਮ ਹੈ। ਪਰ ਅਫਸੋਸ ਇਹ ਹੈ ਕਿ ਪੱਛਮ ਵਾਂਗ ਸਾਨੂੰ ਵੀ ਸੋਚਣ ਲਾਇਆ ਜਾ ਰਿਹਾ ਕਿ ਕ੍ਰੀਏਟਿਵ ਕੰਮ ਬੋਰਿੰਗ ਹੁੰਦੇ ਹਨ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਬੱਚਿਆਂ ਦੀ ਡਿਵੈਲਪਮੈਂਟ ਵੱਟੇ ਪੈਸੇ ਵਟਾ ਲੈਣੇ ਕਿੱਧਰ ਦੀ ਅਕਲ ਹੈ। ਮੈਨੂੰ ਸਮਝ ਨਹੀਂ ਲੱਗੀ ਕੀ ਆਖ ਰਹੇ ਹੋ ਤੁਸੀਂ। ਸਾਡੀ ਭਾਰਤੀ ਫਿਲੋਸਫੀ ਆਖਦੀ ਹੈ ਕਿ ਬੱਚੇ ਦਾ ਪਹਿਲਾ ਗੁਰੂ ਮਾਂ ਹੁੰਦੀ ਹੈ।
ਜੇ ਮਾਂ ਹੀ ਘਰੋਂ ਗਾਇਬ ਹੈ ਬੱਚਾ ਹਰ ਪੱਖੋਂ ਯਤੀਮ ਨਹੀਂ ਰਹਿ ਜਾਏਗਾ। ਜੇ ਮਾਂ ਬਾਪ ਬੱਚੇ ਦੀ ਪਰਵਾਹ ਨਹੀਂ ਕਰਨਗੇ ਤਾਂ ਬੱਚਾ ਮਾਂ ਬਾਪ ਦੀ ਪਰਵਾਹ ਕਿਉਂ ਕਰੇਗਾ? ਜੇ ਮਾਂ ਬਾਪ ਬੱਚੇ ਦੀ ਅਤੇ ਬੱਚਾ ਮਾਂ ਬਾਪ ਦੀ ਪਰਵਾਹ ਨਹੀਂ ਕਰਦਾ ਫਿਰ ਉਹ ਹੋਰ ਲੋਕਾਂ ਦੀ ਪਰਵਾਹ ਕਿਉਂ ਕਰੇਗਾ? ਅਤੇ ਸੰਸਾਰ ਦੀ ਬਹੁਤੀ ਸਾਰੀ ਕਮਾਈ ਫਿਰ ਜੰਗੀ ਹਥਿਆਰ ਪੈਦਾ ਕਰਨ 'ਤੇ ਕਿਉਂ ਨਹੀਂ ਲੱਗੇਗੀ? ਤੁਸੀਂ ਕਿੰਨੀ ਪੜ੍ਹਾਈ ਕੀਤੀ ਹੈ? ਵਿਕਰਮ ਨੇ ਪੁੱਛਿਆ। ਉਹ ਔਰਤ ਹੱਸ ਪਈ। ਜੇ ਮੈਂ ਬਹੁਤੀ ਪੜ੍ਹੀ ਹੁੰਦੀ ਮੈਨੂੰ ਇਹ ਸਾਰੀਆਂ ਗੱਲਾਂ ਭੁੱਲ ਜਾਣੀਆਂ ਸਨ। ਮੈਂ ਸਿਰਫ ਸਕੂਲ ਤੱਕ ਪੜ੍ਹਾਈ ਕੀਤੀ ਹੈ। ਮੇਰੀ ਮਾਂ ਵੀ ਬਹੁਤ ਇੰਟੈਲੀਜੈਂਟ ਸੀ, ਵਿਕਰਮ ਨੇ ਉਦਾਸ ਹੋ ਕੇ ਆਖਿਆ। ਸੀ? ਹਾਂ, ਹੁਣ ਨਹੀਂ ਹੈ, ਵਿਕਰਮ ਨੇ ਜਦੋਂ ਦੱਸਿਆ ਤਾਂ ਔਰਤ ਕੁਝ ਨਾ ਬੋਲੀ। ਮੈਂ ਫੜ ਲਵਾਂ, ਤੁਸੀਂ ਥੱਕ ਗਏ ਹੋਵੋਗੇ, ਵਿਕਰਮ ਨੇ ਬੱਚੇ ਵੱਲ ਹੱਥ ਕਰਕੇ ਪੁੱਛਿਆ। ਰਵੀ, ਜਾਣਾ? ਔਰਤ ਨੇ ਬੱਚੇ ਨੂੰ ਪੁੱਛਿਆ। ਬੱਚੇ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ। ਮੈਂ ਖੜ੍ਹਾ ਹੋ ਜਾਂਦਾ ਕੁਝ ਚਿਰ, ਆਖਦਾ ਵਿਕਰਮ ਖੜ੍ਹਾ ਹੋ ਗਿਆ। ਔਰਤ ਨੇ ਬੱਚੇ ਨੂੰ ਸੀਟ ਉੱਤੇ ਬਿਠਾ ਦਿੱਤਾ। ਸੜਕ ਉੱਪਰ ਆਵਾਜਾਈ ਵੱਧ ਗਈ ਸੀ, ਪਾਣੀਪਤ ਆਉਣ ਵਾਲਾ ਸੀ। ਬੱਸ ਸਟੈਂਡ ਆਇਆ ਤਾਂ ਕੁਝ ਲੋਕ ਉਤਰ ਗਏ। ਉਸ ਔਰਤ ਨੇ ਆਪਣੇ ਅੱਗੇ ਵਾਲੀ ਖਾਲੀ ਸੀਟ ਉੱਤੇ ਪਰਸ ਰੱਖ ਕੇ ਵਿਕਰਮ ਲਈ ਸੀਟ ਰੋਕ ਲਈ। ਵਿਕਰਮ ਹੇਠਾਂ ਉਤਰ ਕੇ ਪੌਪਕੋਰਨ ਦੇ 4 ਪੈਕਟ ਲੈ ਆਇਆ। 3 ਉਹਨਾਂ ਨੂੰ ਦੇ ਦਿੱਤੇ ਅਤੇ 1 ਆਪ ਲੈ ਲਿਆ। ਉਸ ਔਰਤ ਨੇ ਪੌਪਕੋਰਨ ਦਾ ਧੰਨਵਾਦ ਨਹੀਂ ਕੀਤਾ। ਵਿਕਰਮ ਨੂੰ ਇਹ ਗੱਲ ਸਗੋਂ ਚੰਗੀ ਲੱਗੀ। ਰਵੀ, ਕੀ ਹੁੰਦਾ? ਕੁਝ ਚਿਰ ਮਗਰੋਂ ਉਹਨੇ ਪਿਛਲੀ ਸੀਟ ਵੱਲ ਮੂੰਹ ਕਰਕੇ ਉਸ ਔਰਤ ਤੋਂ ਪੁੱਛਿਆ। ਰਵੀ ਸੂਰਜ ਨੂੰ ਕਹਿੰਦੇ ਨੇ, ਸਨ ਨੂੰ। ਤੁਸੀਂ ਬੱਚੇ ਦਾ ਨਾਮ ਰਵੀ ਕਿਉਂ ਰੱਖਿਆ? ਯੂਨੀਵਰਸ ਇਜ਼ ਪਾਰਟ ਆਫ ਆਰ ਸੈਲ ਐਂਡ ਵੀ ਆਰ ਅ ਪਾਰਟ ਆਫ ਦਾ ਯੂਨੀਵਰਸ, ਔਰਤ ਨੇ ਦੱਸਿਆ। ਯੂਨੀਵਰਸ ਇਜ਼ ਪਾਰਟ ਆਫ ਆਰ ਸੈਲਸ ਐਂਡ ਵੀ ਆਰ ਅ ਪਾਰਟ ਆਫ ਦਾ ਯੂਨੀਵਰਸ, ਵਿਕਰਮ ਨੇ ਮਨ 'ਚ ਦੁਹਰਾਇਆ। ਪਟਿਆਲੇ ਕਿੱਥੇ ਠਹਿਰੋਗੇ? ਉਸ ਔਰਤ ਨੇ ਪੁੱਛਿਆ। ਕਿਸੇ ਹੋਟਲ ਵਿੱਚ ਠਹਿਰਾਂਗਾ। ਚਾਹੋ ਤਾਂ ਸਾਡੇ ਘਰ ਵੀ ਰਹਿ ਸਕਦੇ ਹੋ। ਮੇਰੇ ਫਾਦਰ ਨੇ, ਮਦਰ ਨੇ, ਬ੍ਰਦਰ ਹੈ, ਇੱਕ ਭੈਣ ਹੈ ਉੱਥੇ। ਉਹ ਮੈਨੂੰ ਪੇਇੰਗ ਗੈਸਟ ਰੱਖ ਲੈਣਗੇ? ਮੈਂ ਆਖਾਂਗੀ ਤਾਂ ਰੱਖ ਲੈਣਗੇ ਪਰ ਪੈਸੇ ਨਹੀਂ ਲੈਣਗੇ। ਇਹ ਕਿਵੇਂ ਹੋ ਸਕਦਾ? ਇੰਡੀਆ 'ਚ ਇਉਂ ਹੀ ਹੁੰਦਾ, ਖਾਸ ਕਰ ਪੰਜਾਬ ਵਿੱਚ। ਫਿਰ ਮੈਂ ਹੋਟਲ ਵਿੱਚ ਹੀ ਰਹਿ ਲਵਾਂਗਾ। ਠੀਕ ਹੈ, ਕਿਸੇ ਤੋਂ ਉਹੀ ਲੋਕ ਕੁਝ ਕਰਵਾ ਸਕਦੇ ਹੁੰਦੇ ਨੇ ਜਿਨ੍ਹਾਂ ਦਾ ਬੜਾ ਵੱਡਾ ਦਿਲ ਹੋਵੇ। ਉਂਝ ਮੈਂ ਤੁਹਾਡੇ ਘਰ ਆਵਾਂਗਾ। ਤੁਹਾਡੇ ਬ੍ਰਦਰ ਦੀ ਮਦਦ ਨਾਲ ਮੈਂ ਆਪਣੇ ਗ੍ਰੈਂਡ ਪੇਰੈਂਟਸ ਵੀ ਤਾਂ ਲੱਭਣੇ ਹਨ। ਉਹ ਲੱਭ ਜਾਣਗੇ। ਉਹ ਕਿਸ ਤਰ੍ਹਾਂ? ਵਿਕਰਮ ਨੇ ਉਤਸੁਕਤਾ ਨਾਲ ਪੁੱਛਿਆ। ਜਿਹੜੀਆਂ ਮੋਹ ਦੀਆਂ ਤੰਦਾਂ ਨੇ ਤੁਹਾਨੂੰ ਐਡੀ ਦੂਰ ਖਿੱਚ ਲਿਆਂਦਾ ਹੈ, ਉਹੀ ਤੰਦਾਂ ਦੂਜੇ ਪਾਸੇ ਵੀ ਤਾਂ ਅੰਦਰਾਂ 'ਚ ਖੋਹ ਪਾਉਂਦੀਆਂ ਹੋਣਗੀਆਂ। ਮੈਂ ਤਾਂ ਆਪਣੀ ਮਰਜ਼ੀ ਨਾਲ ਆਇਆ, ਵਿਕਰਮ ਨੇ ਉਹਦੀ ਗੱਲ ਨਾ ਸਮਝਦਿਆਂ ਆਖਿਆ। ਇਹ ਮਰਜ਼ੀ ਵੀ ਤਾਂ ਤੁਹਾਨੂੰ ਤੁਹਾਡੀ ਮਰਜ਼ੀ ਨਾਲ ਨਹੀਂ ਮਿਲੀ, ਉਹ ਔਰਤ ਆਖ ਰਹੀ ਸੀ। ਬੱਸ ਨੇ ਹੌਰਨ ਦਿੱਤਾ। ਸਵਾਰੀਆਂ ਮੁੜ ਆਪਣੀਆਂ ਸੀਟਾਂ 'ਤੇ ਬੈਠ ਗਈਆਂ। ਬੱਸ ਦਾ ਵਿਹੜਾ ਫਿਰ ਉਸੇ ਤਰ੍ਹਾਂ ਭਰ ਗਿਆ। ਹੁਣ ਪਿਛਾਂ ਮੂੰਹ ਕਰਕੇ ਉਸ ਔਰਤ ਨਾਲ ਗੱਲਾਂ ਨਹੀਂ ਸੀ ਕੀਤੀਆਂ ਜਾ ਸਕਦੀਆਂ। ਸਿੱਧਾ ਹੋ ਕੇ ਬੈਠ ਕੇ ਵਿਕਰਮ ਫਿਰ ਨੋਵਲ ਪੜ੍ਹਨ ਲੱਗ ਪਿਆ। ਬੱਸ ਤੁਰੇ ਜਾ ਰਹੀ ਸੀ।